ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਮਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਹੈ ਹਾਂਜੀ ਅੱਜ ਆਪਾਂ ਮਿੱਠੇ ਚੋਲ ਬਣਾਵਾਂਗੇ ਬਿਲਕੁਲ ਨਵੇਂ ਤਰੀਕੇ ਦੇ ਨਾਲ ਨਵੇਂ ਸਵਾਦ ਦੇ ਨਾਲ ਸਭ ਨੂੰ ਪਸੰਦ ਆਉਣ ਵਾਲੇ ਕਿਉਂਕਿ ਬਜ਼ੁਰਗਾਂ ਨੂੰ ਤਾਂ ਬਹੁਤ ਹੀ ਜ਼ਿਆਦਾ ਪਸੰਦ ਹੁੰਦੇ ਆ ਬਜ਼ੁਰਗਾਂ ਦੇ ਫੇਵਰਟ ਚੋਲ ਹੁੰਦੇ ਆ ਮਿੱਠੇ ਚੋਲ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦੇ ਆ ਪਸੰਦ ਕਰਦੇ ਆ ਪਰ ਅੱਜ ਕੱਲ ਜਿਹੜੇ ਬੱਚੇ ਆ ਉਹ ਮਿੱਠੇ ਚੌਲਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਤੇ ਅੱਜ ਆਪਾਂ ਬਿਲਕੁਲ ਨਵੇਂ ਸਵਾਦ ਦੇ ਨਾਲ ਤੇ ਨਵੇਂ ਤਰੀਕੇ ਦੇ ਨਾਲ ਬਣਾ ਕੇ ਦਿਖਾਵਾਂਗੇ ਬੱਚਿਆਂ ਨੂੰ ਜ਼ਰੂਰ ਪਸੰਦ ਆਉਣਗੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖੋ ਬਣਾ ਕੇ ਦੇਖੋ ਤੁਹਾਡੇ ਵੀ ਘਰ ਦੇ ਵਿੱਚ ਫੈਮਿਲੀ ਮੈਂਬਰ ਜਿਹੜੇ ਮਿੱਠੇ ਚੌਲਾਂ ਨੂੰ ਪਸੰਦ ਨਹੀਂ ਕਰਦੇ ਉਹ ਵੀ ਜ਼ਰੂਰ ਕਰਨਗੇ ਤੇ ਤੁਹਾਡੇ ਤੋਂ ਜਿਹੜਾ ਕਿ ਹਰ ਰੋਜ਼ ਬਣਵਾਉਣ ਦੀ ਮੰਗ ਕਰਨਗੇ ਹਾਂਜੀ ਇਹ ਆਪਾਂ ਇੱਕ ਕੌਲੀ ਬਾਸਮਤੀ ਚੌਲ ਲੈ ਲਏ ਇਹਨਾਂ ਨੂੰ ਆਪਾਂ ਧੋ ਲਿਆ ਤਿੰਨ ਚਾਰ ਪਾਣੀਆਂ ਦੇ ਨਾਲ ਚੰਗੀ ਤਰ੍ਹਾਂ ਜਿਹੜੀ ਧੂੜ ਮਿੱਟੀ ਸੀ ਇਹਦੀ ਆਪਾਂ ਲਾਤੀਆ ਦੋ ਤਿੰਨ ਪਾਣੀਆਂ ਨਾਲ ਧੋ ਕੇ ਸਾਫ਼ ਕਰ ਲਿਆ ਚੌਲਾਂ ਨੂੰ ਆਪਾਂ ਭਿਓ ਕੇ ਨਹੀਂ ਰੱਖਿਆ ਜ਼ਿਆਦਾ ਟਾਈਮ ਦੇ ਲਈ ਤੇ ਇੱਧਰ ਆਪਾਂ ਕੜਾਈ ਲੈ ਲਈਆ ਕੜਾਈ ਦੇ ਵਿੱਚ ਤੁਸੀਂ ਕੋਈ ਵੀ ਰਿਫਾਈਨਡ ਆਇਲ ਜਿਹੜਾ ਖਾਣੇ ਆ ਕੁਕਿੰਗ ਆਇਲ ਖਾਣੇ ਆ ਉਹ ਲੈ ਲਓ ਜਾਂ ਫਿਰ ਦੇਸੀ ਘਿਓ ਲੈ ਲਓ ਜਾਂ ਡਾਲਡਾ ਘਿਓ ਲੈ ਲਓ ਤੇ ਆਪਾਂ ਤਿੰਨ ਚਾਰ ਆਪਾਂ ਲੌਂਗ ਲੈ ਲਿਆ ਤੇ ਦੋ ਤਿੰਨ ਇਲਾਇਚੀਆਂ ਕੁੱਟ ਕੇ ਲੈ ਲਈਆਂ ਤੇ ਇੱਧਰ ਆਪਾਂ ਜਿਹੜਾ ਚੌਲਾਂ ਨੂੰ ਧੋ ਕੇ ਰੱਖਿਆ ਸੀ ਉਹ ਲੈ ਲਿਆ ਇਹ ਜਿਹੜੇ ਚੌਲ ਬਾਸਮਤੀ ਚੌਲ ਆ ਇਹਦੀ ਖੁਸ਼ਬੂ ਤਾਂ ਬਹੁਤ ਵਧੀਆ ਹੁੰਦੀ ਆ ਖਾਣ ਦੇ ਵਿੱਚ ਵੀ ਸਵਾਦ ਹੁੰਦੇ ਆ ਪਰ ਥੋੜਾ ਜਿਹਾ ਖਿਲੇ ਖਿਲੇ ਜਿਹੜੇ ਘੱਟ ਬਣਦੇ ਹੁੰਦੇ ਆ ਚੌਲ ਵੀ ਕਈ ਕਿਸਮ ਦੇ ਹੁੰਦੇ ਆ ਜੇ ਆਪਾਂ ਬਾਜ਼ਾਰੋਂ ਲਵਾਂਗੇ ਤਾਂ ਫਿਰ ਅਲੱਗ-ਅਲੱਗ ਕੰਪਨੀ ਦੇ ਕਿਸਮਾਂ ਦੇ ਹੁੰਦੇ ਆ ਪਰ ਇਹ ਆਪਣੇ ਘਰ ਦੇ ਵਿੱਚ ਹੀ ਘਰ ਵਾਲੇ ਬਾਸਮਤੀ ਦੇ ਚੌਲ ਆ ਕਢਾਇਆ ਹੋਇਆ ਝੋਨਾ ਤੇ ਹੁਣ ਆਪਾਂ ਘਿਓ ਦੇ ਵਿੱਚ ਇਹਨੂੰ 2 ਮਿੰਟ ਜਿਹੜਾ ਹਲਕਾ ਜਿਹਾ ਸੇਕ ਲਵਾ ਲਿਆ ਸਿਰਫ 2 ਮਿੰਟ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਚਮਚ ਮਲਾਈ 2 ਤੋਂ 3 ਚਮਚ ਆਪਾਂ ਮਲਾਈ ਦੇ ਪਾ ਸਕਦੇ ਹਾਂ ਮਲਾਈ ਪਾਉਣ ਤੋਂ ਬਾਅਦ 2 ਮਿੰਟ ਆਪਾਂ ਚੌਲਾਂ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਿਆਦਾ ਟਾਈਮ ਨਹੀਂ ਗੈਸ ਨੂੰ ਲੋ ਕਰ ਦਿਓ ਲੋ మీడియం ਤੇ ਕਰਕੇ 2 ਮਿੰਟ ਇਸ ਤਰ੍ਹਾਂ ਮਲਾਈ ਨੂੰ ਚੰਗੀ ਤਰ੍ਹਾਂ ਚੌਲਾਂ ਦੇ ਵਿੱਚ ਭੁੰਨ ਲਓ ਤੇ ਇਹਦੇ ਨਾਲ ਸਵਾਦ ਆ ਜਿਹੜਾ ਬਹੁਤ ਹੀ ਵਧੀਆ ਬਣ ਜਾਂਦਾ ਚੌਲਾਂ ਦਾ ਟੇਸਟ ਵੀ ਪਤਾ ਹੀ ਨਹੀਂ ਲੱਗਦਾ ਵੀ ਕਿ ਕਿਸ ਤਰੀਕੇ ਦੇ ਨਾਲ ਬਣਾਏ ਆ ਕੀ ਪਾਇਆ ਵਿੱਚ ਬਿਲਕੁਲ ਵੀ ਜਿਹੜੀ ਪਰਖ ਨਹੀਂ ਆਉਂਦੀ ਤੇ ਸਵਾਦ ਬਹੁਤ ਬੰਦਿਆ ਸਭ ਨੂੰ ਪਸੰਦ ਆਉਂਦੇ ਆ ਤੁਸੀਂ ਵੀ ਜਰੂਰ ਇੱਕ ਵਾਰ ਟਰਾਈ ਕਰੋ ਜਿਹੜੇ ਨਹੀਂ ਵੀ ਖਾਂਦੇ ਉਹ ਵੀ ਪਸੰਦ ਕਰਨਗੇ ਲਓ ਜੀ ਆਪਾਂ 2-3 ਮਿੰਟ ਮਲਾਈ ਦੇ ਵਿੱਚ ਭੁੰਨ ਲਿਆ ਚੌਲਾਂ ਨੂੰ ਹੁਣ ਆਪਾਂ ਜਿੰਨੇ ਚੌਲ ਲਏ ਆ ਜਿਵੇਂ ਇੱਕ ਕੌਲੀ ਆ ਆਪਾਂ ਡੇਢ ਪਾਣੀ ਦੀ ਪਾਵਾਂਗੇ ਕਿਉਂਕਿ ਮਿੱਠੇ ਚੌਲਾਂ ਦੇ ਵਿੱਚ ਪਾਣੀ ਆ ਜਿਹੜਾ ਥੋੜਾ ਘੱਟ ਹੀ ਪੈਂਦਾ ਹੁੰਦਾ ਜਿਹੜੇ ਨਮਕੀਨ ਚੌਲ ਹੁੰਦੇ ਆ ਉਹਨਾਂ ਦੇ ਵਿੱਚ ਪਾਣੀ ਜ਼ਿਆਦਾ ਪੈ ਜਾਂਦਾ ਉਹਦੇ ਵਿੱਚ ਵੈਜੀਟੇਬਲ ਵੀ ਹੁੰਦੇ ਆ ਥੋੜਾ ਜਿਹਾ ਸਹੀ ਵੀ ਬੰਦਦੇ ਆ ਤੇ ਇਹਦੇ ਵਿੱਚ ਆਪਾਂ ਪਾ ਲਈ ਇੱਕ ਕੌਲੀ ਖੰਡ ਦੀ ਮਿੱਠਾ ਤੁਸੀਂ ਆਪਣੇ ਸਵਾਦ ਅਨੁਸਾਰ ਹੀ ਪਾਉਣਾ ਜੇਕਰ ਤੁਹਾਨੂੰ ਮਿੱਠਾ ਜ਼ਿਆਦਾ ਪਸੰਦ ਆ ਜ਼ਿਆਦਾ ਪਾ ਲਓ ਜੇ ਘੱਟ ਪਸੰਦ ਆ ਥੋੜਾ ਘੱਟ ਪਾ ਲਓ ਇਹ ਆਪਣੀ ਚੌਲਾਂ ਦੀ ਸੀ ਵੱਡੀ ਕੌਲੀ ਖੰਡ ਦੀ ਸੀ ਛੋਟੀ ਕੌਲੀ ਮੈਂ ਤੁਹਾਨੂੰ ਇਹ ਦੱਸ ਦਿੰਨੀ ਆ ਤੇ ਇਹ ਆਪਾਂ ਲੈ ਲੈ ਜੀ ਫੂਡ ਕਲਰ ਫੂਡ ਕਲਰ ਤੁਸੀਂ yellow ਲੈ ਲਓ ਔਰੇਂਜ ਲੈ ਲਓ ਕੋਈ ਵੀ ਲੈ ਲਓ ਜਿਹੜਾ ਵੀ ਤੁਹਾਨੂੰ ਪਸੰਦ ਦਾ ਪਾਉਣਾ ਚਾਹੋ ਨੇ ਪਾ ਸਕਦੇ ਆ ਨਹੀਂ ਪਾਉਣਾ ਚਾਹੁੰਦੇ ਤਾਂ ਸਕਿੱਪ ਵੀ ਕਰ ਸਕਦੇ ਆ ਤੇ ਹੁਣ ਆਪਾਂ ਇਹਨੂੰ ਕੀ ਕਰਨਾ 10-15 ਮਿੰਟ ਦੇ ਲਈ ਬਿਲਕੁਲ ਲੋ ਮੀਡੀਅਮ ਤੇ ਰੱਖ ਕੇ ਗੈਸ ਨੂੰ ਤੇ ਆਪਾਂ ਇਹਨੂੰ ਢੱਕ ਦਵਾਂਗੇ ਇਹਦੇ ਵਿੱਚ ਹੁਣ ਆਪਾਂ ਪਾ ਦੇਨੇ ਆ ਡਰਾਈ ਫਰੂਟ ਕੱਟੇ ਹੋਏ ਬਦਾਮ ਕਾਜੂ ਡਰਾਈ ਫਰੂਟ ਤੁਸੀਂ ਪਸੰਦ ਕਰਦੇ ਆ ਪਾ ਸਕਦੇ ਆ ਇਹ ਲੈ ਲੀਜੀਏ ਆਪਾਂ ਸੌਗੇ ਕਿਸ਼ਮਿਸ਼ ਕਹਿੰਦੇ ਆ ਜਿਹਨੂੰ ਕੱਟਿਆ ਹੋਇਆ ਖੋਪਾ ਤੇ ਥੋੜੀ ਜੀ ਤੁਸੀਂ ਸੌਂਫ ਵੀ ਪਾ ਸਕਦੇ ਆ ਜੇਕਰ ਤੁਹਾਨੂੰ ਸੌਂਫ ਪਸੰਦ ਆ ਤਾਂ ਉਹਦੇ ਨਾਲ ਵੀ ਬਹੁਤ ਵਧੀਆ ਟੇਸਟ ਬਣ ਜਾਂਦਾ ਚੌਲਾਂ ਦਾ ਤੇ ਹੁਣ ਆਪਾਂ ਇਹਨੂੰ 10-15 ਮਿੰਟ ਲਈ ਜਿਹੜਾ ਟਾਕੇ ਰੱਖਾਂਗੇ ਤੇ ਵਿੱਚ ਦੀ ਇੱਕ ਵਾਰ ਹਿਲਾ ਦਵਾਂਗੇ ਲਓ ਜੀ ਹੁਣ ਆਪਾਂ ਚੈੱਕ ਕਰਦੇ ਆ 10-15 ਮਿੰਟ ਹੋ ਗਏ ਆ ਬਿਲਕੁਲ ਲੋ ਮੀਡੀਅਮ ਤੇ ਆਪਾਂ ਚੌਲਾਂ ਨੂੰ ਪਕਾਇਆ ਪਾਣੀ ਆ ਜਿਹੜਾ ਇਹਦਾ ਖਤਮ ਹੋ ਗਿਆ ਚੌਲ ਆ ਜਿਹੜੇ ਬਿਲਕੁਲ ਫੁੱਲ ਗਿਆ ਤੇ ਜਦੋਂ ਇਹ ਚੌਲ ਠੰਡੇ ਹੋ ਜਾਣਗੇ ਨਾ ਮੈਂ ਤੁਹਾਨੂੰ ਦੱਸਦੀ ਆ ਜਦੋਂ ਠੰਡੇ ਹੋਣਗੇ ਫਿਰ ਇਹ ਚੌਲ ਆ ਜਿਹੜਾ ਕੱਲਾ-ਕੱਲਾ ਹੋ ਜੂਗਾ ਹੁਣ ਤੁਹਾਨੂੰ ਦੇਖਣ ਦੇ ਵਿੱਚ ਕੱਲਾ-ਕੱਲਾ ਚੌਲ ਨਹੀਂ ਲੱਗਦਾ ਹੁਣ ਹਾਂਜੀ ਇਹ ਆ ਲੈ ਲਿਆ ਆਪਾਂ ਫੁੱਲ ਮਖਾਣੇ ਫੁੱਲ ਮਖਾਣੇ ਵੈਸੇ ਵੀ ਵਧੀਆ ਹੁੰਦੇ ਆ ਤੇ ਹਾਂਜੀ ਹੋਰ ਆਪਾਂ ਚੌਲਾਂ ਦਾ ਸਵਾਦ ਵਧਾਉਣ ਵਾਸਤੇ ਆਪਾਂ ਲੈ ਲਿਆ ਮਿਲਕ ਪਾਊਡਰ 5 ਤੋਂ 6 ਚਮਚ ਆਪਾਂ ਜਿਹੜਾ ਮਿਲਕ ਪਾਊਡਰ ਦੇ ਵਿੱਚ ਐਡ ਕਰ ਦੇਣੇ ਆ ਆ ਦੇਖੋ ਕਿਉਂਕਿ ਬੱਚਿਆਂ ਨੂੰ ਇੱਕ ਖਵਾਉਣ ਦਾ ਤਰੀਕਾ ਹੈ ਚੌਲ ਮਿੱਠੇ ਚੌਲ ਖਵਾਉਣ ਦਾ ਜਿਹੜਾ ਇੱਕ ਤਰੀਕਾ ਹੈ ਬੱਚਿਆਂ ਨੂੰ ਵੀ ਮਿੱਠੇ ਚੌਲਾਂ ਨੂੰ ਪਸੰਦ ਨਹੀਂ ਕਰਦੇ ਤੇ ਮਿਲਕ ਪਾਊਡਰ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਤੇ ਇਸ ਦੇ ਨਾਲ ਫਿਰ ਜਿਹੜਾ ਉਹ ਖੁਸ਼ ਹੋ ਕੇ ਖਾਣਗੀ ਤੇ ਆਪਾਂ ਮਿਲਕ ਪਾਊਡਰ ਜਿਹੜਾ ਪਾਇਆ ਉਹਨੂੰ ਚੰਗੀ ਤਰ੍ਹਾਂ ਚੌਲਾਂ ਦੇ ਵਿੱਚ ਮਿਕਸ ਕਰ ਲਿਆ ਤੇ ਹੁਣ ਆਪਾਂ ਚੌਲਾਂ ਨੂੰ ਗੈਸ ਆ ਜਿਹੜਾ ਆਪਾਂ ਪਹਿਲਾਂ ਬੰਦ ਕਰਤਾ ਉੱਪਰ ਦੇ ਆਪਾਂ ਇੱਕ ਚਮਚ ਹੋਰ ਲੈ ਲਿਆ ਮਿਲਕ ਪਾਊਡਰ ਹੁਣ ਆਪਾਂ ਇਹਨੂੰ 10 ਮਿੰਟ ਲਈ ਰੈਸਟ ਤੇ ਰੱਖਾਂਗੇ ਠੰਡਾ ਹੋਣ ਦਾ ਵੇਟ ਕਰਦੇ ਆ ਉਸ ਤੋਂ ਬਾਅਦ ਆਪਾਂ ਪਲੇਟਿੰਗ ਕਰਾਂਗੇ ਲਓ ਜੀ 10 ਮਿੰਟ ਆਪਾਂ ਇਹਨਾਂ ਨੂੰ ਢੱਕ ਕੇ ਰੱਖਿਆ ਸੀ ਆ ਦੇਖੋ ਜਦੋਂ ਬਿਲਕੁਲ ਠੰਡੇ ਹੋ ਜਾਂਦੇ ਆ ਫਿਰ ਚੌਲ ਆ ਜਿਹੜੇ ਕੱਲਾ ਕੱਲਾ ਹੋ ਜਾਂਦਾ ਹੁੰਦਾ ਤੇ ਪਹਿਲਾਂ ਜਿਹੜੇ ਚੌਲ ਆ ਕਈ ਅਲੱਗ-ਅਲੱਗ ਬਾਸਮਤੀ ਹੁੰਦੇ ਆ ਇੱਕ ਸੇਲਾ ਚੌਲ ਹੁੰਦੇ ਆ ਜਿਹੜੇ ਕਿ ਕੱਲਾ ਕੱਲਾ ਹੋ ਜਾਂਦਾ ਹੁੰਦਾ ਪਰ ਇਹ ਚੌਲ ਆ ਜਿਹੜੇ ਖੁਸ਼ਬੂਦਾਰ ਵੀ ਆ ਤੇ ਖਾਣ ਦੇ ਵਿੱਚ ਟੇਸਟ ਵੀ ਬਹੁਤ ਵਧੀਆ ਸਵਾਦ ਵੀ ਆ ਲਓ ਜੀ ਆਪਾਂ ਇਹ ਹੁਣ ਇਹਦੀ ਪਲੇਟਿੰਗ ਕਰਾਂਗੇ ਪਲੇਟਿੰਗ ਨੂੰ ਹੋਰ ਸਜਾ ਦੇਵਾਂਗੇ 컬러 ਵੇਖਿਓ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਖੁਸ਼ਬੂਦਾਰ ਵੀ ਬਹੁਤ ਆ ਲਓ ਜੀ ਉੱਪਰ ਦੀ ਆਪਾਂ ਥੋੜਾ ਜਿਹਾ ਡਰਾਈ ਫਰੂਟ ਹੋਰ ਪਾਤੇ ਆ ਤੇ ਪਲੇਟਿੰਗ ਆਪਾਂ ਕਰ ਲਈ ਆ ਤੇ ਹੁਣ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗੇ ਅੱਜ ਮੇਰੇ ਮਿੱਠੇ ਚੌਲ ਬਣਾਉਣ ਦਾ ਤਰੀਕਾ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰੋ ਮਲਾਈ ਪਾ ਕੇ ਮਿਲਕ ਪਾਊਡਰ ਪਾ ਕੇ ਤੇ ਜ਼ਰੂਰ ਪਸੰਦ ਆਉਣਗੇ ਚਲੋ ਠੀਕ ਆ ਜੀ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਹਾਂਜੀ ਮੇਰੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਚਲੋ ਠੀਕ ਆ ਜੀ ਅਗਲੀ ਵੀਡੀਓ ਤੇ ਛੇਅਰ ਮਿਲਦੇ ਆ ਓਕੇ ਬਾਏ ਬਾਏ